नवे ब्लॉग ਦਾ ਇੱਕ ਵਾਰ ਫਿਰ ਸਵਾਗਤ ਹੈ ਤੇ ਤੁਸੀਂ ਸਾਨੂੰ ਦੇਖ ਰਹੇ ਹੋ ਦੇਸ਼ ਦੁਆਬੇ ਤੋਂ ਦੁਆਬਾ ਦੋ ਦਰਿਆਵਾਂ ਦੇ ਵਿਚਾਲਣ ਲਈ ਧਰਤੀ ਹੈ ਤੇ ਜਿਵੇਂ ਪੰਜਾਬ ਦੇ ਬਾਕੀ ਇਲਾਕੇ ਸ਼ਾਨ ਹੈ ਨਾ ਮਾਝਾ ਹੋ ਗਿਆ ਮਾਲਵਾ ਹੋ ਗਿਆ ਤੇ ਪੁਆਧ ਹੋ ਗਿਆ ਖਾਸ ਕਰਕੇ ਮੈਂ ਪੁਆਧ ਨੂੰ ਐਡ ਕੀਤਾ ਹੈ ਕਿ ਨਹੀਂ ਬਹੁਤੇ ਲੋਕ ਭੁੱਲ ਜਾਂਦੇ ਭਾਈ ਪੁਆਧ ਨੂੰ ਤੇ ਉਹ ਮੈਂ ਦੁਆਬਾ ਪੰਜਾਬ ਦੀ ਸਾਡੀ ਸ਼ਾਨ ਹੈ ਦੁਆਬਾ ਏਰੀਆ ਨਾ ਬਹੁਤ ਹੀ ਪੜ੍ਹੇ ਲਿਖੇ ਮਤਲਬ ਲਿਟਰੇਸੀ ਲੋਕਾਂ ਦਾ ਏਰੀਆ ਮੰਨਿਆ ਜਾਂਦਾ ਹੈ ਖਾਸ ਕਰਕੇ ਹੁਸ਼ਿਆਰਪੁਰ ਡਿਸਟ੍ਰਿਕਟ ਨੂੰ ਤਾਂ ਤੇ ਜਿਵੇਂ ਦੇਖ ਲਓ ਵੱਡੇ ਵੱਡੇ ਫਨਕਾਰ ਇੱਥੋਂ ਦੇ ਪੈਦਾ ਹੋਏ ਆ ਪੰਜਾਬ ਦਾ ਨਾਂ ਰੋਸ਼ਨ ਕੀਤਾ ਜਿਨ੍ਹਾਂ ਨੇ ਮਨਮੋਹਨ ਵਾਰਿਸ ਕਮਲ ਹੀਰ ਨਛੱਤਰ ਗਿੱਲ ਹੋ ਗਿਆ ਤੇ ਦੇਬੀ ਮਖਸੂਸਪੁਰੀ ਸਰਤਾਜ ਹੁਣਾਂ ਦਾ ਪਿੰਡ ਤਾਂ ਤੁਹਾਨੂੰ ਕੱਲ੍ਹ ਪਿਛਲੇ ਬਲੌਗ 'ਚ ਦਿਖਾਇਆ ਮਤਲਬ ਵੱਡੇ ਵੱਡੇ ਫਨਕਾਰਾਂ ਨੂੰ ਇਸ ਧਰਤੀ ਨੇ ਪੈਦਾ ਕੀਤਾ ਹੈਗਾ ਤੇ ਇਸ ਤੋਂ ਬਿਨਾਂ ਗ੍ਰੀਨਰੀ ਬਹੁਤ ਆ ਯਾਰ ਇਸ ਇਲਾਕੇ 'ਚ ਪੂਰੇ ਇਲਾਕੇ 'ਚ ਮੈਂ ਦੇਖਿਆ ਨਾ ਜਿੰਨਾ ਦੁਆਬਾ ਗ੍ਰੀਨ ਆ ਮਤਲਬ ਹੋਰ ਕੋਈ ਗ੍ਰੀਨ ਨਹੀਂ ਹੈਗਾ ਸਤਲੁਜ ਵਗਦਾ ਇੱਕ ਪਾਸੇ ਹਨੇਰਾ ਵੀ ਵਗਦਾ ਹੈਗਾ ਤੇ ਭਾਜੀ ਭਾਜੀ ਕਰਕੇ ਬੜਾ ਪਿਆਰ ਦਿੰਦਾ ਯਾਰ ਬੰਦੇ ਨੂੰ ਹੱਥਾਂ 'ਤੇ ਚੱਕ ਲੈਂਦੇ ਆ ਅੱਜ ਦੇ ਵਲੌਗ 'ਚ ਆਪਾਂ ਤੁਹਾਨੂੰ ਦੇਸ਼ ਦੁਆਬੇ ਦੀ ਸੈਰ ਕਰਾਵਾਂਗੇ ਤੇ ਮੈਂ ਤਿਆਰ ਬਰ ਤਿਆਰ ਹਾਂ ਖੁਸ਼ੀ ਆ ਰਹੀ ਹੈ ਤੇ ਅੱਜ ਆਪਾਂ ਚੱਲੇ ਹਾਂ ਆਨੰਦਪੁਰ ਸਾਹਿਬ ਨੂੰ ਗੁਰੂ ਕੀ ਨਗਰੀ ਜਿਹੜਾ ਆਪਣਾ ਮਤਲਬ ਖਾਲਸੇ ਦੀ ਜਨਮ ਭੂਮੀ ਹੈ ਤੇ ਅੱਜ ਦਾ ਵਲੌਗ ਤੁਸੀਂ ਇੰਜੋਏ ਕਰੋਗੇ ਪੂਰਾ ਦੁਆਬਾ ਏਰੀਆ ਘੁੰਮਣਾ ਆਪਾਂ ਤੁਹਾਨੂੰ ਅੱਜ ਦੁਆਬੇ ਦੀ ਸੈਰ ਕਰਾਉਂਦੇ ਆ ਸੋ ਦੇਖਦੇ ਰਹੋ ਅੱਜ ਦਾ ਵਲੌਗ ਇਹ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਰੋਡ ਹੈ ਜਿਹਦੇ ਤੇ ਆਪਾਂ ਹੁਣ ਸਫ਼ਰ ਕਰ ਰਹੇ ਹਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਗ੍ਰੀਨਰੀ ਦੇਖੋ ਯਾਰ ਤੇ ਅੰਬ ਹੀ ਅੰਬ ਆਲੇ ਦੁਆਲੇ ਸੜਕਾਂ ਤੇ ਖੜੇ ਨਜ਼ਰ ਆਉਂਦੇ ਆ ਮਾਲਵੇ 'ਚ ਨਹੀਂ ਇੰਨੇ ਹੈਗੇ ਇਹ ਆ ਗਿਆ ਜੀ ਸ਼ਹਿਰ ਮਾਲਪੁਰ ਤੇ ਇੱਥੇ ਆਪਾਂ ਰੁਕਣਾ ਇੱਕ ਬਹੁਤ ਹੀ ਇਤਿਹਾਸਿਕ ਜਗ੍ਹਾ ਤੇ ਤੇ ਤੁਹਾਨੂੰ ਨਾਲ ਨਾਲ ਦਿਖਾਉਣੇ ਆ ਉਸ ਤੋਂ ਬਾਅਦ ਆਪਾਂ ਚੱਲਾਂਗੇ ਨੰਗਲ ਨੂੰ ਇੱਥੋਂ ਨੰਗਲ ਤੋਂ ਆਪਾਂ ਸਿੱਧਾ ਹੋ ਜਾਣਾ ਫਿਰ ਆਨੰਦਪੁਰ ਸਾਹਿਬ ਨੂੰ ਹੁਣ ਅਸੀਂ ਪਹੁੰਚੇ ਹਾਂ ਗੁਰਦੁਆਰਾ ਬੁੰਗਾ ਸਾਹਿਬ ਮਾਲਪੁਰ ਤੇ ਇੱਥੋਂ ਦੇ ਪਹਿਲਾਂ ਮੁੱਖ ਸੇਵਾਦਾਰ ਸੀਗੇ ਬਾਬਾ ਪਰਮਜੀਤ ਸਿੰਘ ਜੀ ਤੇ ਉਹ ਸਵਰਗਵਾਸ ਹੋ ਗਏ ਸੀਗੇ ਤੇ ਆਪਣੇ ਪਿੰਡ ਦੀ ਰਾਜੀ ਦੀ ਨਾ ਸਾਰੀ ਸੰਗਤ ਇਹਨਾਂ ਨਾਲ ਮਿਲ ਕੇ ਆਨੰਦਪੁਰ ਸਾਹਿਬ ਹਜੂਰ ਸਾਹਿਬ ਪਟਨਾ ਸਾਹਿਬ ਲੰਗਰ ਲਾਉਂਦੇ ਹੁੰਦੇ ਆਪਣੇ ਪਿੰਡ ਦੀ ਸੰਗਤ ਸਾਰੀ ਤੇ ਸੋਚਿਆ ਚਲੋ ਇੱਥੋਂ ਦੇ ਦਰਸ਼ਨ ਕਰ ਚੱਲੀਏ ਕਦੇ ਆਏ ਨਹੀਂ ਸੀਗੇ ਮਾਲਪੁਰ ਇੱਥੇ ਗੁਰਦੁਆਰਾ ਸਾਹਿਬ 'ਚ ਕਿਉਂਕਿ ਸੁਣਿਆ ਬਹੁਤ ਸੀਗਾ ਹੁਣ ਜਿਹੜੇ ਇੱਥੋਂ ਦੇ ਮੁੱਖ ਸੇਵਾਦਾਰ ਨੇ ਉਹ ਮਾਤਾ ਜਸਪ੍ਰੀਤ ਕੌਰ ਜੀ ਨੇ ਉਸ ਤੋਂ ਬਾਅਦ ਬਾਬਾ ਰਤਨ ਸਿੰਘ ਜੀ ਹੋਏ ਆ ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਤੋਂ ਅੰਮ੍ਰਿਤ ਛਕਿਆ ਹਾਂਜੀ ਦਸਵੇਂ ਪਾਤਸ਼ਾਹ ਤੋਂ ਅੰਮ੍ਰਿਤ ਛਕਿਆ ਤੇ ਫਿਰ ਉਹਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਸ਼ਹੀਦੀ ਪਾਈ ਅੱਛਾ ਜੀ ਫਿਰ ਉਹਨਾਂ ਤੋਂ ਬਾਅਦ ਬਾਬਾ ਫਤਿਹ ਸਿੰਘ ਜੀ ਹੋਏ ਬਾਬਾ ਫਤਿਹ ਸਿੰਘ ਜੀ ਪੜਪੋਤੇ ਬਾਬਾ ਪਰਮਜੀਤ ਸਿੰਘ ਜੀ ਅੱਛਾ ਜਿਨ੍ਹਾਂ ਨੇ ਇੱਥੇ ਆ ਸੇਵਾ ਚਲਾਈ ਹਾਂ ਪੀੜੀ ਦਰ ਪੀੜੀ ਸ਼ੁਰੂ ਤੋਂ ਚੱਲਿਆ ਆਉਂਦਾ ਠੀਕ ਹੈ ਜੀ ਇਹ ਆਸਾਨ ਗੁਰੂਆਂ ਤੋਂ ਹੀ ਹਾਂਜੀ ਸਾਰੇ ਮਹਾਰਾਜ ਦੇ ਉਹਨਾਂ ਦੇ ਬਰਸਾਏ ਹੋਏ ਆ ਹਾਂਜੀ ਤੇ ਉਹਨਾਂ ਤੋਂ ਬਾਅਦ ਬਾਬਾ ਪਰਜੀਤ ਸਿੰਘ ਤੋਂ ਬਾਅਦ ਸਾਨੂੰ ਦਸਤਾਰ ਮਿਲੀ ਹੈ ਹਾਂਜੀ ਮਹਾਰਾਜ ਕਿਰਪਾ ਕਰਦੇ ਫਿਰ ਲੰਗਰਾਂ ਦੀ ਸੇਵਾ ਕਰੀ ਦੁਸਹਿਰੇ ਦੀ ਸੇਵਾ ਦੁਸਹਿਰੇ ਤੇ ਲੰਗਰ ਲਾਈਦਾ ਹਾਂਜੀ ਹੋਲੇ ਮਹੱਲੇ ਤੇ ਸ੍ਰੀ ਅਨੰਦਪੁਰ ਸਾਹਿਬ ਸੁਲਤਾਨਪੁਰ ਲੋਧੀ ਹਾਂਜੀ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਤੇ ਹਾਂਜੀ ਤੇ ਸ਼ਹੀਦੀ ਜੋੜ ਵੇਲੇ ਬਾਬਾ ਫਤਿਹ ਉੱਥੇ ਫਤਿਹਗੜ੍ਹ ਸਾਹਿਬ ਹਾਂਜੀ ਉੱਥੇ ਵੀ ਲਾਈਦਾ ਇਹ ਜਿਹੜੀ ਬੇਰੀ ਆ ਬਹੁਤ ਪੁਰਾਣੀ ਦੱਸਦੇ ਆ ਇਹ ਦੱਸਦੇ ਆ ਕਿੰਨੇ ਸਾਲ ਪੁਰਾਣੀ ਹੈ 300 साल पुरानी लगभग तो इन्ना ही पुराना एक उधर पिपल है वह भी इन्ना ही पुराना तो इधर महावीर जी ने यह अपने पिंड आते रहते हैं तो अगे बाबा जी उन्होंने आप सेवा करते हैं पिंड जो आते हैं तो अज अपनी सेवा होगी इतने हाँ जी गया की बहुत सेवा करते हैं अज असी सेवा लैन आ गए चलो थैंक यू लो जी अंदर चली आपां ते नाले दुपहर दी रेस्ट जी हो जांदी है जिहड़ी इह राइफल आ इह फस्ट वर्ल्ड वार वेले दी आ मतलब पहली संसार जंग दी ते इह इंडिया च पंज ही पीस आई सी ते इक उहनां चों महाराजे पटियाले लिआंदी सी जिहड़े मतलब पटियाले दे महाराजा सी भुपिंदर सिंह ते उहनां तों बाबा परमजीत सिंह हुणां दे जिहड़े मतलब बजुर्ग सीगे जां वड्डे वडेरे उहनां कोले आई ਤੇ ਪੀੜੀ ਦਰ ਪੀੜੀ ਹੁਣੇ ਇਹਨਾਂ ਕੋਲੇ ਮਤਲਬ ਇਹਦੀ ਸਾਂਭ ਸੰਭਾਲ ਕਰੀ ਜਾ ਰਹੇ ਆ ਇਹ ਚਾਰ ਪੀਸ ਇਹਦੇ ਪਤਾ ਨਹੀਂ ਹੁਣ ਕਿੱਥੇ ਨੇ ਇੰਡੀਆ 'ਚ ਇੱਕ ਪੀਸ ਸਾਡੇ ਹੱਥ 'ਚ ਇਹ ਤੇ ਬੜੀ ਮਤਲਬ ਬੇਸ਼ਕੀਮਤੀ ਚੀਜ਼ ਹੈ ਕਿਉਂਕਿ ਇੱਕ ਤਾਂ ਮਤਲਬ ਆਲਮੋਸਟ ਤੁਸੀਂ ਲਓ 100 ਸਾਲ ਦੇ ਨੇੜੇ ਪੁਰਾਣੀ ਹੋਣ ਵਾਲੀ ਹੈ ਤੇ ਬਾਕੀ ਜਿਹੜੀ ਇੰਨੀ ਯੂਨੀਕ ਹੈ ਮਤਲਬ ਹੋਰ ਕਿਤੇ ਹੈ ਨਹੀਂ ਇੰਡੀਆ 'ਚ 5 ਹੀ ਪੀਸ ਹੈ ਤੁਸੀਂ ਦੇਖ ਲਓ ਕਿੰਨੀ ਯੂਨੀਕ ਹੋਊਗੀ तकरीबन अपनी घंटे की रैसट हो गई तो दोपहर का टाइम ही लंघ गया हुण तुहानू दिखाउणे आपां अंदरों दरबार साहब दरबार हाल के अंदर चलते हैं ये दरबार हाल है जी अंदरों ये भी कहिंदे जिहड़े संत परमजीत सिंह सी उन्होंने आप डिजाइन किया बाहरों डिजाइन लिआंदा सी
ਜਿਵੇਂ ਗੁਰੂ ਸਾਹਿਬ ਦਾ ਹੁਕਮ ਹੈ ਨਾ, ਸੰਗਤ ਦੇ ਨਾਲ ਪੰਗਤ, ਮੱਥਾ ਅੰਦਰ ਆਪਾਂ ਟੇਕ ਆਏ ਅਤੇ ਹੁਣ ਲੰਗਰ ਛਕਣਾ ਹੈਗਾ। ਅਤੇ ਹੁਸ਼ਿਆਰਪੁਰ ਯਾਰ ਪੜ੍ਹੇ ਲਿਖੇ ਹੋਣ ਦੇ ਨਾਲ ਨਾਲ ਨਾ ਮਤਲਬ ਸਾਧਾਂ ਸੰਤਾਂ ਦੀ ਵੀ, ਫਕੀਰਾਂ ਦੀ ਵੀ ਧਰਤੀ ਹੈਗੀ। ਇਹਨੇ ਗੁਰੂ ਜੀ ਦੀਆਂ ਲਾਡਲੀਆਂ ਫੌਜਾਂ ਅਤੇ ਸ਼ਹੀਦੀ ਦੇਗਾਂ ਤਿਆਰ ਹੋ ਰਹੀਆਂ ਸੀ, ਰਗੜਾ ਵੀ ਕਹਿ ਦਿੰਦੇ ਇਹਨੂੰ। ਅਤੇ ਵੈਸੇ ਗਰਮੀਆਂ 'ਚ ਯਾਰ ਵਧੀਆ ਹੈਗਾ, ਜਿਵੇਂ ਹੁਣ ਆਪਣੇ ਮਾਡਰਨ ਜ਼ਮਾਨੇ ਦਾ ਕੋਲਡ ਡਰਿੰਕ ਪੀਣ ਲੱਗ ਗਏ, ਹੋਰ ਕੁਛ ਪੀਣ ਲੱਗ ਗਏ, ਹੈ ਨਾ। ਅਤੇ ਪਰ ਇਹ ਤੁਸੀਂ ਦੇਖੋ ਗੁਰੂ ਜੀ ਦੇ ਮਤਲਬ ਸਿੰਘ ਹੈ ਜਿਹੜੇ ਪੁਰਾਣੇ ਸਮਿਆਂ 'ਚ ਇਹ ਆਪਣੇ ਆਪ ਨੂੰ ਠੰਡਾ ਰੱਖਣ ਲਈ ਅਤੇ ਸਰਦਾਈ ਪੀਂਦੇ ਹੁੰਦੇ ਸੀ। ਇੱਕ ਇੱਕ ਦੋ ਦੋ ਗੱਫੇ ਅਸੀਂ ਵੀ ਛਕਣੇ ਆ ਬਾਬਿਆਂ ਦੇ ਨਾਲ ਨਾਲ, ਅਤੇ ਫਿਰ ਠੰਡੇ ਹੋਵਾਂਗੇ। ਸਫ਼ਰ ਠੰਡਾ ਰਹੂ ਯਾਰ, ਬਾਹਰ ਗਰਮੀ ਬਹੁਤ ਹੈ। ਦੁਆਬਾ ਤੋਂ ਵੈਸੇ ਠੰਡਾ ਹੈ ਕਿਉਂਕਿ ਹਰਿਆਲੀ ਬਹੁਤ ਹੈ ਇੱਥੇ। ਅਤੇ ਬਾਬਿਆਂ ਦੇ ਸਿੰਘਾਂ ਦੇ ਬਾਟੇ ਦੇਖੋ ਕਿਹੋ ਜਿਹੇ ਬਾਟਿਆਂ 'ਚ ਛਕਦੇ ਆ। ਮਾਲਪੁਰ ਤੋਂ ਜੀ ਹੁਣ ਆਪਾਂ ਚਾਲੇ ਪਾ ਦਿੱਤੇ ਗਏ ਸ਼੍ਰੀ ਅਨੰਦਪੁਰ ਸਾਹਿਬ ਨੂੰ। ਅਤੇ ਹੁਣ ਆਪਾਂ ਪਹਿਲਾਂ ਜਾਣਾ ਨੰਗਲ, ਅਤੇ ਪਹਾੜੀ ਸ਼ੁਰੂ ਹੋ ਗਈ ਥੋੜ੍ਹੀ ਥੋੜ੍ਹੀ, ਕੱਚੇ ਪਹਾੜ ਆਉਣੇ ਸ਼ੁਰੂ ਹੋ ਗਏ ਸ਼ਾਇਦ, ਕਹਿੰਦੇ ਵੀ ਅਨੰਦਪੁਰ ਸਾਹਿਬ ਤੱਕ ਇਹ ਐਵੇਂ ਹੀ ਆਉਣ ਚੱਲਣਗੇ। ਇਹ ਆ ਗਿਆ ਜੀ ਜੇਜੋਂ, ਅਤੇ ਇੱਥੋਂ ਦੇ ਪੇੜੇ ਬਹੁਤ ਮਸ਼ਹੂਰ ਹੈ, ਅਤੇ ਕਿਉਂ ਮਸ਼ਹੂਰ ਹੈ ਇਹ ਨਹੀਂ ਮੈਨੂੰ ਪਤਾ, ਕਮੈਂਟ ਕਰਕੇ ਦੱਸ ਦਿਓ ਜਿਹਨੂੰ ਪਤਾ ਹੋਇਆ। ਮੈਂ ਸੁਣਿਆ ਸੀਗਾ ਪਰ ਇਸ ਜਗ੍ਹਾ ਬਾਰੇ, ਪਰ ਹੁਣ ਅਸੀਂ ਰੁਕ ਨਹੀਂ ਸਕਦੇ ਕਿਉਂਕਿ ਸਾਡੇ ਕੋਲ ਟਾਈਮ ਥੋੜ੍ਹਾ ਜਿਹਾ ਘੱਟ ਹੈ। ਅਤੇ ਇਸ ਜਗ੍ਹਾ ਤੋਂ ਮੈਂ ਪਹਿਲੀ ਵਾਰੀ ਲੰਘ ਰਿਹਾ ਜ਼ਿੰਦਗੀ 'ਚ ਅਨੰਦਪੁਰ ਸਾਹਿਬ ਨੰਗਲ। ਉੱਧਰ ਤਾਂ ਛੋਟੇ ਹੁੰਦੇ ਅਸੀਂ ਹੋਲੇ ਮਹੱਲੇ 'ਤੇ ਆਉਂਦੇ ਰਹੇ ਹਾਂ, ਆਹ ਇਲਾਕਾ ਨਹੀਂ ਕਦੇ ਦੇਖਿਆ। ਦੇਖੋ ਯਾਰ ਕਿੱਡਾ ਸੋਹਣਾ ਵਿਊ ਆ, ਅਤੇ ਇਹ ਸਾਹਮਣੇ ਮੈਨੂੰ ਲੱਗਦਾ ਨੰਗਲ ਦੇਖਣ ਲੱਗ ਗਿਆ। ਅਤੇ ਹੁਣ ਅਸੀਂ ਟਾਹਲੀ ਵਾਲ ਹਾਂ ਸ਼ਾਇਦ, ਟਾਹਲੀ ਵਾਲ ਕਰਕੇ ਆ ਕੋਈ ਜੇਜੋਂ ਲੰਘ ਗਏ, ਅਤੇ ਹੁਸ਼ਿਆਰਪੁਰ ਤੋਂ ਜਾਂ ਆ ਗਏ ਹੋਵਾਂਗੇ ਅਸੀਂ 30-40 ਕਿਲੋਮੀਟਰ ਅੱਗੇ ਅਨੰਦਪੁਰ ਸਾਹਿਬ ਵੱਲ ਨੂੰ। ਅਤੇ ਬਹੁਤ ਘੈਂਟ ਵਿਊ ਆ, ਦੇਖੋ ਯਾਰ ਆਪਣੇ ਏਰੀਏ ਨਾਲੋਂ ਕਿੰਨਾ ਫਰਕ ਹੈ। ਨੰਗਲ ਹਰਾ ਭਰਿਆ ਪਿਆ ਪੂਰਾ, ਵੈਸੇ ਤਾਂ ਅਨੰਦਪੁਰ ਸਾਹਿਬ ਵੀ ਯਾਰ ਬਹੁਤ ਜੀ ਲੱਗਦਾ ਜਾ ਕੇ, ਕਿਉਂਕਿ ਉਹ ਵੀ ਮਤਲਬ ਪੂਰਾ ਹਰਾ ਭਰਿਆ ਹੈ ਨਾ, ਇਹ ਕੁਛ ਪਹਾੜੀ ਏਰੀਆ ਮਤਲਬ ਛੋਟੀ ਛੋਟੀ ਪਹਾੜੀ ਹੈ ਤਾਂ ਕਰਕੇ ਵੀ ਸੋਹਣਾ ਲੱਗਦਾ ਹੁੰਦਾ। ਇੱਥੋਂ ਅਨੰਦਪੁਰ ਸਾਹਿਬ ਸਾਰੀ ਮੇਰੇ ਖਿਆਲ 'ਚ 20 ਕਿਲੋਮੀਟਰ ਹੋਣਾ। ਇੱਥੇ ਇੱਕ ਦੋ ਚੀਜ਼ਾਂ ਇੱਕਾ ਦੁੱਕਾ ਦੇਖਣ ਵਾਲੀਆਂ, ਦੇਖਦੇ ਹਾਂ ਜੇ ਚੰਗੀਆਂ ਲੱਗੀਆਂ ਖੜ੍ਹੇ ਤੁਹਾਨੂੰ ਦਿਖਾ ਦਿਆਂਗੇ, ਨਹੀਂ ਫਿਰ ਅਨੰਦਪੁਰ ਸਾਹਿਬ ਅਸੀਂ ਹਾਂ ਅਸੀਂ ਖੜ੍ਹਨਾ ਕਿਉਂ ਨਹੀਂ ਹੈਗਾ ਉਹ ਮੈਂ ਤੁਹਾਨੂੰ ਦੱਸ ਦਿੰਦਾ। ਉਹ ਇਹਦੀ ਵਜ੍ਹਾ ਕਰਕੇ ਨਹੀਂ ਖੜ੍ਹਨਾ, ਤੁਹਾਨੂੰ ਅਗਾਂਹ ਵੀ ਦਿਖਾ ਦਿੰਦਾ। ਦੇਖੋ ਚਾਬੀ ਤੋੜਤੀ ਕੁੜੀ ਨੇ, ਇਹ ਹੁਣ ਕਦੋਂ ਸ਼ਰਮ ਮੰਨਦੀ ਆ, ਹੈਂ ਆਹ ਕੁੜੀ ਨੇ ਚਾਬੀ ਤੋੜਤੀ ਗੱਡੀ ਦੀ ਬਈ, ਪੁੱਠੀ ਪੁੱਠਾ ਕਿਹੜਾ ਦੇਦਾ, ਚਾਬੀ ਟੁੱਟ ਗਿਆ ਵਿੱਚ, ਦੇਖੋ ਕੀ ਰਹਿ ਗਿਆ ਦਿਖਾਵਾਂ ਤੁਹਾਨੂੰ। ਡਾੜਾ ਖਾਲੀ, ਆਹ ਦੇਖੋ ਡਾੜਾ ਖਾਲੀ, ਇਹ ਗੱਲ ਹੈ ਵੀ ਦੱਸ ਐਂ ਕਰਤੀ ਮੇਰੀ ਚਾਬੀ, ਹੁਣ ਇਹ ਚਾਬੀ ਬਣਵਾਉਣੀ ਅਨੰਦਪੁਰ ਸਾਹਿਬ ਜਾ ਕੇ ਛੇਤੀ, ਤਾਂ ਕਰਕੇ ਕਿਉਂਕਿ ਜਗਾੜ ਜਿਹਾ ਲਾ ਕੇ ਗੱਡੀ ਸਟਾਰਟ ਕਰਦਾ ਹੁਣ ਤਾਂ ਬੰਦ ਕਰਦਾ, ਪਲਾਸ ਨਾਲ ਪਲਾਸ ਕੇ ਤੋਂ ਫੜ ਕੇ ਘੁਮਾਉਣੀ ਪੈਂਦੀ ਹੈ, ਤੇ ਫਿਰ ਆ ਸੈਂਸਰ ਨਾਲ ਲਾਉਣਾ ਪੈਂਦਾ, ਫਿਰ ਸਟਾਰਟ ਹੁੰਦੀ ਹੈ। ਦੱਸ ਹੁਣ ਹੈਂ ਓਦਾਂ ਹੀ ਕਰਦੇ ਹੁੰਦੇ ਨੇ, ਓਦਾਂ ਹੀ ਕਰਦੇ ਹੁੰਦੇ ਨੇ ਸਰ ਯਾਰ, ਕੀ ਆ ਖੁਸ਼ੀ ਸੱਚੀ, ਗੁੱਸਾ ਹੋ ਰਿਹਾ ਤੇਰੇ ਦੰਦ ਭੰਨਦਾ ਮੈਂ ਹੁਣ। ਚਾਬੀ ਤਾਂ ਟੁੱਟ ਗਈ, ਕੋਈ ਨੀ ਯਾਰ, ਨੰਗਲ ਦੇ ਸ਼ਾਨਦਾਰ ਨਜ਼ਾਰਿਆਂ ਦਾ ਆਨੰਦ ਲਓ ਬਸ, ਹੈ ਨਾ ਖੁਸ਼ੀ। ਚਾਬੀ ਤਾਂ ਬਣ ਜੂ, ਕੋਈ ਗੱਲ ਨੀ। ਤੇ ਮੈਂ ਤਾਂ ਕਹਿੰਦਾ ਯਾਰ ਬੰਦਾ, ਆਪਾਂ ਉਹੀ ਚੰਡੀ ਚੰਡੀਗੜ੍ਹ ਰਹੀਆਂ ਨੇ, ਕਿੱਡਾ ਸੋਹਣਾ ਸ਼ਹਿਰ ਹੈ ਯਾਰ, ਕਿੰਨੀ ਗਰੀਨਰੀ ਹੈ ਤੇ ਨਿੱਕੇ ਨਿੱਕੇ ਪਹਾੜ ਆ, ਤੇ ਕਿੱਡਾ ਸੋਹਣਾ ਸ਼ਹਿਰ ਲੱਗਦਾ ਯਾਰ ਰਹਿਣ ਲਈ, ਹੈ ਨਾ ਜੇ ਬੰਦੇ ਨੇ ਰਹਿਣਾ ਹੋਵੇ। ਰਿਸ਼ਤੇਦਾਰ ਨੂੰ ਵੀ ਇੱਥੇ ਚੱਕ ਲਿਆ, ਦੇਖੋ ਨਿੱਕੀ ਨਿੱਕੀ ਪਹਾੜੀ ਹੈ। ਨੰਗਲ ਯਾਰ ਮੈਨੂੰ ਲੱਗਦਾ ਬਹੁਤੇ ਆਪਾਂ ਆਉਂਦੇ ਹੀ ਨਹੀਂ ਹੈਗੇ ਇੱਧਰ, ਗਵਰਨਮੈਂਟ ਹਾਊਸ ਬਣੇ ਹੋਏ ਨੇ ਇੱਧਰ ਕੋਈ ਸਰਕਾਰੀ ਘਰ ਨੇ, ਉਹਨਾਂ 'ਚ ਤਾਂ ਬਾਹਲਾ ਘੈਂਟ ਲੱਗਣ ਲੱਗ ਜਾਂਦਾ ਹੋਊ ਮੈਨੂੰ ਲੱਗਦਾ, ਜਿਵੇਂ ਸਤੰਬਰ ਅਕਤੂਬਰ 'ਚ ਮੌਨਸੂਨ ਦੇ ਟਾਈਮ 'ਚ ਤਾਂ ਹਰਿਆ ਭਰਿਆ ਹੋ ਜਾਂਦਾ ਹੋਊ। ਵਾਹ ਕਿਆ ਸ਼ਾਨਦਾਰ ਨਜ਼ਾਰਾ ਜੀ, ਇਹ ਹੈ ਅੰਗਰੇਜ਼ਾਂ ਵੇਲੇ ਦਾ ਪੁਲ, ਅਤੇ ਇਹਦੇ ਬਾਰੇ ਬਹੁਤ ਸੁਣਿਆ ਸੀਗਾ, ਕਹਿੰਦੇ ਇਹ ਨੰਗਲ 'ਚ ਇੱਕ ਪੁਲ ਇਹੋ ਜਿਹੜਾ ਮਤਲਬ ਅੰਗਰੇਜ਼ਾਂ ਦੇ ਟਾਈਮ ਦਾ, ਪਿੱਛੇ ਜੇ ਇਹ ਰਿਪੇਅਰ ਹੋਇਆ, ਪਹਿਲਾਂ ਇਹ ਸਾਰਾ ਪੁਲ ਲੱਕੜ ਦਾ ਹੀ ਬਣਿਆ ਹੁੰਦਾ ਸੀਗਾ, ਅਤੇ ਥੱਲੋਂ ਦੀ ਇਹਦੇ ਦਰਿਆ ਲੰਘਦਾ ਹੈਗਾ, ਅਤੇ ਅੱਗੇ ਜਾ ਕੇ ਨੰਗਲ ਡੈਮ 'ਚ ਮਿਲ ਜਾਂਦਾ ਇਹ। ਉਹ 4-5 ਜ਼ਿਲ੍ਹੇ ਜਿਹੜੇ ਆਪਣੇ ਪਹਾੜੀ ਜ਼ਿਲ੍ਹੇ ਨੇ ਜਿੱਥੋਂ ਦੀ ਅਸੀਂ ਆਏ ਹਾਂ, ਨਿੱਕੇ ਨਿੱਕੇ ਡੈਮ ਬਣੇ ਹੋਏ ਇਹਨਾਂ ਸਾਰਿਆਂ ਦੇ, ਮਤਲਬ ਜਿਵੇਂ ਪਹਾੜਾਂ ਦੇ ਪਿੱਛੇ ਨਿੱਕੇ ਡੈਮ ਹੈ, ਹੁਣ ਇਹ ਨੰਗਲ ਡੈਮ ਆ ਗਿਆ, ਅਤੇ ਉਦੋਂ ਪਹਿਲਾਂ ਥਾਣਾ ਡੈਮ ਸੀ, ਢੋਲਬਾਹਾ ਡੈਮ ਸੀਗਾ, ਅਤੇ ਛੋਟੇ ਛੋਟੇ ਡੈਮ ਆ ਜਦੋਂ ਦੇ ਪਠਾਨਕੋਟ ਤੁਰੇ ਨਾ, ਇਹ ਡੈਮ ਹੀ ਦੇਖਦੇ ਆਉਂਦੇ ਹਾਂ। ਆਹ ਦੇਖੋ ਡੂੰਘਾ ਜਮੀਨ ਹੈਗਾ, ਪਾਣੀ ਦੇਖੋ ਯਾਰ ਕਿੰਨਾ ਕ੍ਰਿਸਟਲ ਕਲੀਅਰ, ਇੱਥੇ ਸਤਲੁਜ ਇੰਨਾ ਸਾਫ਼ ਹੈ, ਅਤੇ ਹਰੀ ਕੇ ਪੱਤਣ ਦੇਖ ਲਓ ਸਤਲੁਜ ਜਾ ਕੇ ਕਿਹੋ ਜਿਹਾ ਹੋ ਜਾਂਦਾ, ਇਹ ਸਤਲੁਜ ਦਰਿਆ ਹੀ ਹੈ, ਸਤਲੁਜ ਲੰਘ ਰਿਹਾ ਇੱਥੋਂ। ਤੁਸੀਂ ਇਹ ਦੇਖੋ ਯਾਰ ਪੰਜਾਬ ਕੋਲ ਕਿੰਨੀਆਂ ਸੋਹਣੀਆਂ ਥਾਵਾਂ ਨੇ, ਕਿੰਨੇ ਸੋਹਣੇ ਜ਼ਿਲ੍ਹੇ ਆ ਪੰਜਾਬ ਦੇ। ਅਸੀਂ ਪਠਾਨਕੋਟ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ, ਜਾਂ ਮੰਨ ਲਓ ਚੰਡੀਗੜ੍ਹ ਤੱਕ ਦਾ ਏਰੀਆ ਜਿਹੜਾ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਲੱਗਦਾ, ਇਹ ਘੁੰਮਣਾ ਹੀ ਸਾਰਾ। ਅਤੇ ਇਹਦੇ ਵਿੱਚ ਮੰਨ ਲਓ ਪਹਿਲਾਂ ਗੁਰਦਾਸਪੁਰ ਆ ਗਿਆ, ਪਠਾਨਕੋਟ ਆ ਗਿਆ, ਹੁਸ਼ਿਆਰਪੁਰ ਜ਼ਿਲ੍ਹਾ ਆ ਗਿਆ, ਰੋਪੜ ਆ ਗਿਆ, ਸਾਰੇ ਜ਼ਿਲ੍ਹੇ ਕਿੰਨੇ ਸੋਹਣੇ ਆ। ਬਾਈ ਨੂੰ ਪੁੱਛਿਆ ਸੀ, ਕਹਿੰਦੇ ਇੱਥੋਂ 10-12 ਫੁੱਟ ਡੀਪ ਹੈ ਇਹ ਜਿਹੜਾ ਥੱਲੇ ਦੇਖ ਰਿਹਾ ਮੈਨੂੰ ਡੂੰਘਾ, ਬਟ ਲੱਗ ਨਹੀਂ ਰਿਹਾ।
क्यों नहीं लग रहा, क्योंकि मैं उपरों देख रहा क्रिस्टल क्लीयर पानी है। तो रात को कहते जो पानी है होते जा लगता है, मतलब बिल्कुल होते उपर तक चढ़ जाता है, कहते जो डैम बंद कर देंगे। तो दूबा चाह गुरद्वारा साहब चलते हैं यार, मत्था टेकना बिभौर साहब पर पास इतों की वह बिचन डिग जी यार, इतों की नहीं जाना। तो बिभौर साहब मत्था टेकन, अंब वर्गे ना पुराने जिहड़े रवायती बूटे अपने रवायती दरख्त सीगे ते ओह इत्थे देखण नूं मिलदे हुण दुआबे एरिए च। ते साडे तां हुण अपने जां माल विच ना कख वी नहीं रहा इह च। इक ना पंजाब दी कहावत वी हुंदी सी, छड के देस दुआबा तरसेंगी अंबियां नूं, पता नहीं इदां करके। ते बहुत पुराने पुराने दरख्त खड़े आ यार इस इलाके दे विच। इह ना अंब दा दरख्त वैसे देखण वाला कैमरे चों ना दिख नहीं रहा जिन्ना एक्चुअल च है। इह सी जी लगभग 100 साल पुराना पुल, तो थोनों दिखाना सीगा ये भी यादगार। इतों दिया मझा इन चिट्टिया गाव पाउडर लाया एक खड्डा गुड्डा जहाँ रेते च बढ़दिया रहा चिट्टे करके नहाई जाते नहाने पशुओं वजी यार। पानी ठंडा बहुत है तो साफ बहुत है उधर, कहते इन दो जिले लगते उधरले पासे बिलासपुर है, इधरले पासे ऊना, तो उधरला पासा हिमाचल जा वैसे पुल। यह है जी नंगल डैम, अपने इस टूर च ना पंजाब डैम बहुत देखे एक। तो लो जी आप हुण पहुँच गए गुरद्वारा बिभौर साहिब, ये पैंदा नंगल ते डैम दे बिल्कुल किनारे ते, ते गुरद्वारा साहिब पहुँच गए ते अंदरों तुहानूं कराउंदे आ दर्शन। ये गुरद्वारा साहिब ना 10वें पातशाह दी याद च बणिया होइआ, ते इत्थे आए सी जिहड़े इत्थों दा राजा सी, ते उहनां मतलब उस राजे दे कहण ते गुरु साहिब इत्थे रहे सी कई महीने। ये गुरद्वारा साहब ना एक पास सतलुज दरिया वगदा है, तो उधर भी बाद चो दिखाने पहला दरबार साहब दर्शन कर लिए मत्था टेक आईए। तुसीं ना पंछियों की चहक बहक सुनो, तो ये नज़ारा ना इस एरिए माण सकते होर कि नहीं है। खुशी कहिंदी गुरद्वारे आ गए तो गुरु ने मेहर करती है खुशी, चाबी जोड़ ली खुशी ने, मत्था मुत्था मार के है खुशी। कार च बैठी ने क्यों नहीं जोड़ी पहले मैंने दस उ कदर लगता खुशी जिम्मे तू मिस्त्रियों की कुड़ी होनी है पिछले जन्म च सरदारा दी धी कहते चाबी जोड़ती लै कम सर गया यार अपने ये जोड़ी है। अच्छा यार लै भाई हूँ बरनाले नवी बनवावे चल कम चलता हो गया हूं तो हल्दी हल्दी है पर हल्दी है टैंपरेरी जोड़ती या फाइव क्यों कला दें ला भी गड्डी च बहंदे हो गए नहीं ना मैनू की करना मैं बाबे तो मैं पलास पुछण जाना सी पलास नाल इहनू फड़ के इहनू चाबी नू घुमाउंदा देखा खुलदी आ। लो जी आपां पहुंच गए खालसे दी जन्म भूमि श्री आनंदपुर साहब, ते कल दे व्लॉग च हुण तुहानू आनंदपुर साहब ते इत्थों दा आला दुआला वह दिखाउणा हैगा, ते अज हुण जाके असीं पहुंचदे आ लंगर पानी छकना है तो रहन सहन का प्रबंध करना है। तो कल आनंदगढ़ साहब का किला तो केसगढ़ साहब होर जिन्या मतलब इतिहासिक गुरद्वारा साहब है जिन्हें सारे तुम इतने दिखाने ये वो धरती है तो जिथे आगे हर एक का जी लगता है तो इतों जाने मन नहीं करता हों। मैं मतलब 1.5-2 साल बाद लगभग आए हैं इतने, तो हूँ 1-2 दिन इतने स्टे करा। कल का ब्लॉग होगा वो अपना आखिरी ब्लॉग होगा मतलब पंजाब सीरीज का, पंजाब टूर आप इतें खत्म करा। पिछली जी सीरीज सी दसंबर जनवरी जो आप जो पंजाब के मतलब बॉर्डर एरिए के पिंड से फाजिलका तो लैके ज गंगानगर तो लैके गुरदासपुर तक वह घूमिया, हूँ गुरदासपुर तो लैके श्री आनंदपुर साहब तक जोड़ा हिमाचल ना हिमालय ना एरिया लगता मतलब ये माझा आ गया से दुआबा एरिया आ गया से घूमया गया। तो इस तो बाद असी परसों यार जाना एयरपोर्ट, बहुत ही खास ब्लॉग होगा परसों का, साडा नवा टूर शुरू हो रहा है तो जिसमें लैन जा रहे हैं वह तुम देख लियो। तो परसों एयरपोर्ट जाना तो कल असी घर वापसी कर लेनी है कल के ब्लॉग च, कल का मतलब आखिरी ब्लॉग होगा श्री आनंदपुर साहब तो खालसे की जन्म भूमि दिखा के तहत, तो नेड़े तेड़े का एक होर सिख राज कुछ निशानियाँ वह भी दिखावे तो वह दिखा के, तो फिर उस तो बाद सीधा पिंड लंघ जाएंगे राते रात, तो परसों जिमें थोन दसे दिल्ली एयरपोर्ट जाना। तो बाकी मिलते हैं फिर, देखते रहो जुड़े रहो नवी सीरीज कदों शुरू होंगी है तो वह भी तुम दसागे। तो बहुत सारा प्यार दिता सानू तुसी पंजाब टूर के दौरान, तुहाडा बहुत बहुत दिलों धन्नवाद तुहाडा सारयां दा। तो जुड़े रहो साडे चैनल नाल पंजाबी ट्रैवल कपल नाल, नवी दुनिया घुमाउंदे रहांगे। गुड बाय, सत श्री अकाल।